ਵਕਾਵਾ ਕਰੀਆਂ ਕੰਟਰੀਆਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਜੀ ਆਹ ਜਿਹੜੀ ਮੈਡੀਸਨ ਆ ਆ ਰਹੀ ਆ আর ਉਹਨਾਂ ਨੇ ਇਫੈਕਟਿਵ ਵੀ ਆ ਸ਼ੁਰੂ ਕਰ ਰਹੇ ਨੇ ਸੋ ਇਸੇ ਤਰ੍ਹਾਂ ਦੇ ਨਾਲ ਰੂਸ ਨੇ ਵੀ ਜਿਹੜਾ ਦਾਅਵਾ ਕੀਤਾ ਜੀ ਕਿ ਉਹਨਾਂ ਨੇ ਵੀ ਇੱਕ ਜਿਹੜੀ ਮੈਡੀਸਨ ਆ ਬਣਾ ਲਈ ਆ ਜਿਹੜੀ ਕਿ 95% ਦੀ ਅਸਰਦਾਰ ਹੋ ਸਕਦੀ ਹੈ ਇਸ ਦੇ ਬਾਰੇ ਕਮਨ ਜੀ ਦੇਖੋ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਤਕਰੀਬਨ 30 ਤੋਂ 35 ਵੈਕਸੀਨਸ ਦੇ ਉੱਪਰ ਕੰਮ ਚੱਲ ਰਿਹਾ ਹੈ ਰਸ਼ੀਆ ਆਪਣੇ ਪੈਮਾਨੇ ਦੇ ਉੱਪਰ ਉਹਨਾਂ ਨੇ ਆਪਣੀ ਡਿਵੈਲਪ ਕੀਤੀ ਹੈ ਵੈਕਸੀਨ ਕੋਵਿਡ ਨੂੰ ਲੈ ਕੇ ਯੂਕੇ ਦੇ ਵਿੱਚ ਜਿਹੜੀ ਹੈ ਯੂਨੀਵਰਸਿਟੀਆਂ ਉਹਨਾਂ ਵੱਲੋਂ ਵੱਖਰਾ ਅਮਰੀਕਾ ਦੇ ਵੱਲੋਂ ਵੱਖਰਾ ਭਾਰਤ ਦੇ ਵਿੱਚ ਵੱਖਰੇ ਤੌਰ ਦੇ ਉੱਪਰ ਕਈ ਸਾਰੀ ਵੈਕਸੀਨਸ ਦੇ ਉੱਪਰ ਜਿਹੜਾ ਕੰਮ ਚੱਲ ਰਿਹਾ ਹੈ ਜਿਹੜੀ ਹੈ ਇਹ ਵੈਕਸੀਨ ਜਿਹੜੀ ਡਿਵੈਲਪ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੁਨੀਆ ਭਰ ਦੀ ਵੈਕਸੀਨ ਜਿਹੜੀਆਂ ਤਕਰੀਬਨ ਤਕਰੀਬਨ ਜੋ ਖਬਰਾਂ ਆ ਰਹੀਆਂ ਸੀਗੇ ਹਨ ਕਿ 90% ਜਿਹੜੀਆਂ ਹੈਗੀਆਂ ਉਹ ਕਾਰਗਰ ਹੋਣਗੀਆਂ ਯਾਨੀ ਅਸਰਦਾਰ ਹੋਣਗੀਆਂ ਉਸ ਦੇ ਮੁਕਾਬਲੇ ਜਿਹੜੇ ਰਸ਼ੀਆ ਨੇ ਡਿਵੈਲਪ ਕੀਤੀ ਹੈ ਸਪਟਨਿਕ ਤੇ ਉਹ 95% ਜਿਹੜੀਆਂ ਕਾਰਗਰ ਜਿਹੜੀ ਹੈ ਉਹ ਸਾਬਿਤ ਹੋ ਸਕਦੀ ਹੈ ਯਾਨੀ ਉਸ ਦੇ ਰਿਜ਼ਲਟ 95% ਹੋ ਸਕਦੇ ਹਨ ਹਾਲਾਂਕਿ 100% ਵਾਲੀ ਵੈਕਸੀਨ ਦਾ ਜੇ ਸੁਨਨ ਦੇ ਵਿੱਚ ਨਹੀਂ ਆਈ ਪਰ ਹੁਣ ਤੱਕ 90% ਸੀ ਤੇ ਇਹ 95 ਦਾ ਦਾਵਾ ਜਿਹੜਾ ਇਹ ਰਸ਼ੀਆ ਨੇ ਕਰ ਦਿੱਤਾ